ਸਰਕਾਰ ਵੱਲੋਂ ਕੱਚੇ ਘਰਾਂ ਦੀ ਸਕੀਮ ਅਧੀਨ ਭਾਵੇਂ ਪੰਜਾਬ ਸੂਬੇ ਦੇ ਗਰੀਬ ਲੋਕਾਂ ਨੂੰ ਪੱਕੇ ਘਰ ਬਣਾਉਣ ਲਈ ਸੁੱਖ ਸਹੂਲਤਾਂ ਦਿੱਤੀਆਂ ਗਈਆਂ ਹਨ, ਪਰ ਹਾਲੇ ਵੀ ਕੁਝ ਗਰੀਬ ਪਰਿਵਾਰ ਅਜਿਹੇ ਹਨ ਜਿਨ੍ਹਾਂ ਦਾ ਕੋਈ ਆਮਦਨ ਦਾ ਸਾਧਨ ਨਹੀਂ ਹੈ ਅਤੇ ਘਰ ਕੱਚੇ ਹਨ। ਇਸੇ ਦੇ ਚਲਦਿਆਂ ਗੱਲ ਕਰਦੇ ਆ ਖਡੂਰ ਸਾਹਿਬ ਦੇ ਅਧੀਨ ਪੈਂਦੇ ਪਿੰਡ ਨਾਗੋਕੇ ਦੀ, ਜਿੱਥੇ ਕਿ ਇੱਕ ਗਰੀਬ ਪਰਿਵਾਰ ਵੱਲੋਂ ਸਰਕਾਰ ਨੂੰ ਮਦਦ ਦੀ ਗੁਹਾਰ ਲਗਾਈ ਗਈ ਹੈ। ਵਿਧਵਾ ਸੁਖਵਿੰਦਰ ਕੌਰ ਨੇ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ ਅਤੇ ਕਿਹਾ ਕਿ ਉਹ ਵਿਧਵਾ ਹੈ, ਉਸਦੇ ਪਤੀ ਦੀ ਮੌਤ ਨੂੰ ਤਕਰੀਬਨ 10 ਸਾਲ ਹੋ ਚੁੱਕੇ ਹਨ। ਉਸਦੇ 3 ਪੁੱਤਰ ਹਨ ਜਿਨ੍ਹਾਂ ਵਿੱਚੋਂ ਇੱਕ ਅਪਾਹਿਜ ਹੈ ਅਤੇ ਘਰ ਦੀ ਹਾਲਤ ਖਸਤਾ ਹੈ ਅਤੇ ਉਹ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੀ ਹੈ। ਸੁਖਵਿੰਦਰ ਕੌਰ ਨੇ ਕਿਹਾ ਕਿ ਪਹਿਲਾਂ ਉਸਨੂੰ ਪੈਨਸ਼ਨ ਮਿਲਦੀ ਸੀ ਪਰ ਹੁਣ ਸਰਕਾਰ ਵੱਲੋਂ ਇਹ ਪੈਨਸ਼ਨ ਬੰਦ ਕਰ ਦਿੱਤੀ ਗਈ ਹੈ। ਉਸਨੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮਦਦ ਦੀ ਗੁਹਾਰ ਲਗਾਈ ਹੈ। ਨਾਗੋਗੀ ਇਹਦਾ ਘਰ ਦੀ ਹਾਲਤ ਨਹੀਂ ਖਰਾਬ ਆ ਤੇ ਕਿੱਦਾਂ ਗੁਜ਼ਾਰਾ ਚੱਲਦਾ ਤੁਹਾਡਾ? ਯਾਰ ਇਦਾਂ ਹੀ ਕਿਹਦਾ ਘਰ ਕੰਮ ਕਰਦੀ ਆ ਤੇ ਕੋਈ ਇਦਾਂ ਭਾਂਡੇ ਭੁੰਡੇ ਦਾ ਸਫਾਈ ਦਾ। ਇਹ ਤੁਹਾਡਾ ਜਿਹੜਾ ਪੁੱਤਰ ਹੈਗਾ ਇਹਨੂੰ ਕੀ ਆ ਜੀ? ਇਹਨੂੰ ਆਪਣੇ ਇਲਾਜ ਬੜਾ ਕੀਤਾ ਪਰ ਠੀਕ ਨਹੀਂ ਹੋਇਆ, ਪੈਸਿਆਂ ਕੋਲੋਂ ਤੇ ਬੁੱਲਾ ਪਿਆ, ਬੁੱਲਾ ਪੈਣਾ ਟਿਕ ਪੈਂਦਾ। ਨਾ ਕੁਛ ਨਹੀਂ ਮਿਲਦਾ ਸਾਨੂੰ ਅੱਜ ਤੱਕ। ਨਾ ਸਰਪੰਚ ਨੂੰ ਇਹ ਨਹੀਂ, ਉਹਨੇ ਵੀ ਨਹੀਂ ਕਾਲ ਨਹੀਂ ਕੀਤਾ। ਪੈਨਸ਼ਨ ਵੀ ਨਹੀਂ ਮਿਲਦੀ, ਹੁਣ ਕੱਟੀ ਗਈ ਪੈਸਾ ਬੰਦ। ਨਾ ਅਜੇ ਨਹੀਂ ਲੱਗੀ। ਅਸੀਂ ਮੰਗਦੇ ਹਾਂ ਵੀ ਸਹੂਲਤਾਂ ਦੇਣ ਸਾਨੂੰ, ਵੀ ਕੋਈ ਪੈਸਾ ਟਕਾ ਦੇਣ ਤੇ ਕੋਠੇ ਕੋਠੇ ਪੱਗ ਦੇਣ ਸਾਨੂੰ ਗਰੀਬ ਕਰ। ਮੀਂਹ ਘੜੀ ਆਉਂਦਾ ਵਾ, ਮੁਸ਼ਕਲ ਹੁੰਦਾ ਵਾ, ਸੱਤਾ ਸੱਤਾ ਸਭ ਡਿੱਗਣ ਵਾਲੀਆਂ ਸਾਡੀਆਂ। ਇਹੋ ਹੀ ਮੰਗਦੇ ਹਾਂ ਵੀ ਸਾਡਾ ਕਰੋ ਗਰੀਬਾਂ ਦਾ। ਉੱਥੇ ਹੀ ਅਪਾਹਿਜ ਲੜਕੇ ਨੇ ਵੀ ਸਰਕਾਰ ਤੋਂ ਮਦਦ ਦੀ ਮੰਗ ਕਰਦਿਆਂ ਕਿਹਾ ਕਿ ਇਹ ਤਾਂ ਕੀ ਗੱਲ ਹੋਈ ਤੁਹਾਨੂੰ? ਇਹ ਸੁਣੋ, ਬਾਹ ਮੁਕਤ ਹੋ ਗਈ ਤਾਂ ਬਿਲਾ ਬਲਾ ਪਿਆ ਤੁਰਿਆ ਫਿਰਾਈ ਜਾਂਦਾ। ਅੱਛਾ, ਤੇ ਇਹ ਜਿਹੜਾ ਸਰਕਾਰ ਵੱਲੋਂ ਕੋਈ ਲੱਗੀ ਪੈਨਸ਼ਨ ਲੱਗੀ ਕੋਈ? ਨਾ, ਕੋਈ ਪੈਨਸ਼ਨ ਮਸ਼ੀਨ ਲਵਾਈ ਸਰਕਾਰ ਨੇ। ਅੱਛਾ, ਤੇ ਕਿਉਂ ਤੁਸੀਂ ਕਿਸੇ ਨੂੰ ਮਿਲੇ ਇਸ ਸੰਬੰਧ ਵਿੱਚ? ਮਿਲੇ ਸਰਪੰਚ ਨੂੰ ਮਿਲੇ, ਉਹੀ ਆਉਂਦਾ ਲੱਗ ਜੂ ਮੁੜ ਕੇ, ਕੋਈ ਆਇਆ ਨਹੀਂ ਕੋਈ ਸਵਾਲ ਲੈਣ ਤੋਂ। ਅੱਛਾ ਜੀ, ਤੇ ਇਹ ਗੀਤ ਕੀ ਮੰਗਿਆ ਤੁਹਾਡੀ ਸਰਕਾਰ ਤੋਂ? ਇਹਨੇ ਉਹ ਕੋਈ ਸਾਨੂੰ ਪੈਨਸ਼ਨ ਲਵਾ ਕੇ ਦੇਣ, ਜਾਂ ਕਮਰੇ ਕੁਮਰੇ ਜੋ ਪਵਾ ਕੇ ਦੇਣ ਸਰਕਾਰ। ਤੁਸੀਂ ਸਰਕਾਰੀ ਹੋਸਪਿਟਲ 'ਚ ਗਏ ਆਪਣੇ ਇਲਾਜ ਵਾਸਤੇ? ਗਏ ਇਹ ਤਾਂ ਉਹੀ ਨੇ, ਪੈਸੇ ਪੂਏ ਜ਼ਿਆਦਾ ਬੜੇ ਮੰਗਦੇ ਆ ਤੇ ਰਾਜ ਦੀ ਪੈਸੇ ਪੂਏ ਨਹੀਂ ਹੈਗੇ। ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਕੋਲ ਕਿ ਸਾਨੂੰ ਕੀ ਕੀ? ਉਹ ਕਰਨੇ ਸਰਕਾਰ ਨੂੰ ਜਾਂ ਰਾਜ ਰੂਆਜ ਦੀ ਜਾਂ ਪੈਸੇ ਪੂਏ ਦੇਣ, ਜਾਂ ਸਾਨੂੰ ਕਮਰੇ ਕੁਮਰੇ ਜਾਂ ਪਾ ਕੇ ਦੇਣ। ਇਸ ਪਰਿਵਾਰ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਬਜ਼ੁਰਗ ਵਿਅਕਤੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਗਰੀਬ ਪਰਿਵਾਰ ਦੀ ਸਰਕਾਰ ਵੱਲੋਂ ਕੋਈ ਸਹਾਇਤਾ ਕੀਤੀ ਜਾਵੇ। ਤੇ ਕਿਹੜਾ ਪਿੰਡ ਆਪਣਾ ਜੀ? ਪਿੰਡ ਨਾਗੋਕੇ। ਇਹ ਜਿਹੜਾ ਤੁਹਾਡੇ ਲਾਗੇ ਗਰੀਬ ਪਰਿਵਾਰ ਆ ਰਿਹਾ, ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ? ਇਹ ਵਿਚਾਰਾ ਬਹੁਤ ਗਰੀਬ ਪਰਿਵਾਰ ਆ, ਇਹਨਾਂ ਦਾ ਜਿਹੜਾ ਪਿਤਾ ਵਾ ਮੁੰਡਿਆਂ ਦਾ ਇਹ ਮਰ ਗਿਆ ਵਿਚਾਰਾ, ਅਤੇ ਜ਼ਮੀਨ ਨਾ ਅਰਗ ਵਿਕੀ ਆ ਅਤੇ ਸਾਰੇ ਕੋਠੇ ਇੱਦਾਂ ਡਿੱਗਣ ਵਾਲੇ ਆ। ਅਤੇ ਮੈਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰ, ਜਿਹੜੇ ਤੁਸੀਂ ਇੱਥੇ ਪਹੁੰਚ ਕੇ ਇਹਨਾਂ ਦਾ ਸਾਰ ਲੈਣ ਵਾਸਤੇ ਆਏ ਜੇ। ਬਾਕੀ ਇਹਨਾਂ ਦੀ ਕਿਸੇ ਕਿਸੇ ਸਾਰ ਨਹੀਂ ਗੌਰਮੈਂਟ ਦਿੰਦਾ ਜੀ। ਇਹ ਵਿਚਾਰੇ ਬਥੇਰਾ ਮਤਲਬ ਗੁੱਡੀ ਸੀ, ਇੱਕ ਵਿਆਹ ਸੀ, 3 ਭਰਾ, 3 ਵਿਚਾਰੇ ਜਿਹੜੇ ਇੱਕ ਤਾਂ ਬਿਲਕੁਲ ਹੀ ਇਹ ਖਰਾਬ ਹੋ ਗਿਆ, ਲੱਤਾਂ ਬਾਹਾਂ ਵਿਚਾਰੇ ਦੀਆਂ ਜੁੜੀਆਂ ਗਈਆਂ ਵਾ, ਜਦੋਂ ਮਰਜ਼ੀ ਡਿੱਗ ਪੈਂਦਾ। ਅਤੇ ਇਹਦੀ ਮਾਂ ਵਿਚਾਰੀ ਇਹਦੀ ਧਿਆਨ ਦੇਖਭਾਲ ਕਰਦੀ ਆ, ਅਤੇ ਕਮਾਉਣ ਵਾਲਾ ਕੋਈ ਹੈ ਨਹੀਂ ਗਾ। ਜਿਹੜੇ ਦੂਜੇ ਦੋ ਭਰਾ ਵਾ ਉਹ ਵੀ ਮਤਲਬ ਮਸਾਂ ਕਿਸੇ ਦਿਹਾੜੀ 'ਤੇ ਪਾ ਕਰਕੇ ਰੋਟੀ ਮਹਾਂ ਖਾਂਦੇ ਆ। ਅਤੇ ਇਹਨੇ ਬਾਤ ਨਹੀਂ ਤੁਸੀਂ ਮਦਦ ਕਰ ਸਕਦੇ ਜੇ, ਅਤੇ ਉਹ ਮੈਂ ਕਹਿੰਦਾ ਵੀ ਕਰਨੀ ਚਾਹੀਦੀ ਆ।
ਹੁਣ ਤੁਸੀਂ ਸਾਡੀ ਵੈਬਸਾਈਟ ਤੇ ਜਾਣ ਲਈ ਲੌਗਇਨ ਕਰ ਸਕਦੇ ਹੋ www.a1punjabi.com ਤੇ। ਬਦਲਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਹੁਣ ਗੋਡਿਆਂ ਦੇ ਇਲਾਜ ਦਾ ਸਫਲ ਆਯੁਰਵੈਦਿਕ ਇਲਾਜ ਆ ਗਿਆ ਹੈ ਫੀ ਰਿਲੀਫ ਆਇਲ। ਇਸ ਤੋਂ ਇਲਾਵਾ 125 ਬਿਮਾਰੀਆਂ ਦਾ ਸਫਲ ਇਲਾਜ। ਹੁਣ 2 ਲੱਖ ਰੁਪਏ ਵਾਲਾ ਇਲਾਜ ਸਿਰਫ 1313 ਰੁਪਏ ਵਿੱਚ।